ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਅਰਸ਼ਦੀਪ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਸਭ ਤੋਂ ਪਹਿਲੀ ਇੰਪੋਰਟੈਂਟ ਨਿਊਜ਼ ਆ ਗਈ ਹੈ ਦੀ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਫੰਡ ਦੇ ਉੱਪਰ। ਕਾਫੀ ਜ਼ਿਆਦਾ ਇੰਪੋਰਟੈਂਟ ਫੰਡ ਹੈ। ਇਸ ਫੰਡ ਦੇ ਉੱਪਰ PPSC ਨੇ ਕਿਸੇ ਐਗਜ਼ਾਮ ਦੇ ਵਿੱਚ ਕੁਐਸਚਨ ਵੀ ਪੁੱਛਿਆ ਸੀਗਾ। ਮੈਂ ਤੁਹਾਡੇ ਤੋਂ ਉਹ ਕੁਐਸਚਨ ਵੀ ਸੋਲਵ ਕਰਵਾਉਂਗਾ, ਬਟ ਪਹਿਲਾਂ ਆਪਾਂ ਇਸ ਫੰਡ ਬਾਰੇ ਪੜ੍ਹਦੇ ਹਾਂ। ਪਹਿਲਾਂ ਆਪਾਂ ਨਿਊਜ਼ ਦੇਖਦੇ ਹਾਂ ਕੀ ਹੈ। ਜਿਹੜੀ ਆਪਣੀ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ NHAI, ਉਹਨਾਂ ਨੇ ਇਹ ਜਿਹੜਾ NIF ਹੈ ਇਹਨਾਂ ਦੇ ਨਾਲ MOU ਸਾਈਨ ਕਰਿਆ, ਤਾਂ ਕਿ ਜਿਹੜੇ ਹਾਈਵੇ ਦੇ ਆਪਣੇ ਪ੍ਰੋਜੈਕਟਸ ਨੇਗੇ ਇੰਡੀਆ ਦੇ ਵਿੱਚ, ਉਹਨਾਂ ਨੂੰ ਕੰਪਲੀਟ ਕਰਾਇਆ ਜਾ ਸਕੇ। ਹੁਣ ਆਪਾਂ ਇਸ ਫੰਡ ਦੇ ਬਾਰੇ ਪੜ੍ਹਦੇ ਹਾਂ, ਤਾਂ ਜਿਹੜੀ ਆਪਣੀ ਗਵਰਨਮੈਂਟ ਆਫ ਇੰਡੀਆ ਸਰਕਾਰ ਹੈਗੀ, ਉਹਨਾਂ ਨੇ 2015 ਦੇ ਵਿੱਚ ਇਸ ਫੰਡ ਨੂੰ ਅਸਟੈਬਲਿਸ਼ ਕਰਿਆ ਸੀਗਾ, ਤੇ ਇਸ ਫੰਡ ਦੇ ਵਿੱਚ 40,000 ਕਰੋੜ ਰੁਪਏ ਦਾ ਜਿਹੜਾ ਕਾਰਪਸ ਸੀਗਾ, ਪੈਸਾ ਸੀਗਾ, ਉਹ ਐਡ ਕਰਿਆ ਸੀਗਾ ਸਰਕਾਰ ਨੇ ਇਸ ਫੰਡ ਦੇ ਵਿੱਚ। ਜਿਹੜੀ ਇਹ ਅਮਾਊਂਟ ਹੈਗੀ 40,000 ਕਰੋੜ ਰੁਪਏ, ਇਹ ਤੁਸੀਂ ਧਿਆਨ ਚ ਰੱਖਿਓ। ਤੇ ਜਿਹੜਾ ਇਹ ਫੰਡ ਹੈਗਾ, ਇਹ ਕਿਹੜੇ ਕਿਹੜੇ ਪ੍ਰੋਜੈਕਟਸ ਦੇ ਲਈ ਮਤਲਬ ਫੰਡਿੰਗ ਕਰਦਾ, ਤਾਂ 3 ਤਰ੍ਹਾਂ ਦੇ ਪ੍ਰੋਜੈਕਟਸ ਹੁੰਦੇ ਨੇ। ਇੱਕ ਤਾਂ ਹੋਗੇ ਗ੍ਰੀਨਫੀਲਡ ਪ੍ਰੋਜੈਕਟ, ਦੂਸਰੇ ਹੋਗੇ ਬ੍ਰਾਊਨਫੀਲਡ ਪ੍ਰੋਜੈਕਟ, ਤੇ ਤੀਸਰੇ ਆ ਗਏ ਸਟਾਲਡ ਪ੍ਰੋਜੈਕਟ। ਹੁਣ ਆਪਾਂ ਨੂੰ ਇਹ ਸਮਝਣੇ ਪੈਣਗੇ ਪਹਿਲਾਂ ਤਾਂ ਵੀ ਗ੍ਰੀਨਫੀਲਡ, ਬ੍ਰਾਊਨਫੀਲਡ ਤੇ ਸਟਾਲਡ ਇਨਫਰਾਸਟ੍ਰਕਚਰ ਪ੍ਰੋਜੈਕਟ ਹੁੰਦੇ ਕੀ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗ੍ਰੀਨਫੀਲਡ ਪ੍ਰੋਜੈਕਟ ਦੀ। ਗ੍ਰੀਨਫੀਲਡ ਪ੍ਰੋਜੈਕਟ ਉਹ ਹੁੰਦੇ ਨੇ ਜਿਹੜੇ ਮਤਲਬ ਪ੍ਰੋਜੈਕਟ ਕੋਈ ਇਨਫਰਾਸਟ੍ਰਕਚਰ ਖੜਾ ਕਰਨਾ। ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਆਪਾਂ ਲੈ ਕੇ ਚੱਲਦੇ ਕਿਸੇ ਫਲਾਈਓਵਰ ਦੀ, ਠੀਕ ਹੈ। ਫਲਾਈਓਵਰ ਨੂੰ ਲੈ ਕੇ ਹੀ ਆਪਾਂ ਅੱਗੇ ਗੱਲ ਕਰਾਂਗੇ। ਹੁਣ ਜੇ ਕੋਈ ਕਿਸੇ ਫਲਾਈਓਵਰ ਨੂੰ ਨਵੇਂ ਸਿਰੇ ਤੋਂ ਕੋਈ ਫਲਾਈਓਵਰ ਬਣਾਉਣਾ, ਠੀਕ ਹੈ, ਤਾਂ ਉਹਦੇ ਲਈ ਜਿਹੜਾ ਮਤਲਬ ਪੈਸਾ ਲੱਗੂਗਾ, ਤਾਂ ਉਹ ਇੱਕ ਗ੍ਰੀਨਫੀਲਡ ਇਨਵੈਸਟਮੈਂਟ ਹੋਗੀ। ਹੁਣ ਬ੍ਰਾਊਨਫੀਲਡ ਇਨਵੈਸਟਮੈਂਟ ਕੀ ਹੈ? ਕੋਈ ਪਹਿਲਾਂ ਤੋਂ ਕੰਮ ਚੱਲ ਰਿਹਾ, ਉਹਦੇ ਤੇ ਫਰਜ਼ ਕਰੋ ਪੈਸਾ ਘੱਟ ਜੇ, ਠੀਕ ਹੈ, ਤਾਂ ਉਹਦੇ ਉੱਪਰ ਮਤਲਬ ਦੁਬਾਰਾ ਮਤਲਬ ਫੰਡਿੰਗ ਦਿੱਤੀ ਜਾਵੇ, ਤਾਂ ਉਹਨੂੰ ਬ੍ਰਾਊਨਫੀਲਡ ਪ੍ਰੋਜੈਕਟ ਕਿਹਾ ਜਾਂਦਾ। ਮਤਲਬ ਤੁਸੀਂ ਪਹਿਲਾਂ ਤੋਂ ਚੱਲ ਰਹੇ ਕੰਮ ਦੇ ਉੱਪਰ ਮਤਲਬ ਉਸੇ ਨੂੰ ਹੀ ਅੱਗੇ ਕੰਟੀਨਿਊ ਕਰਨਾ, ਉਹਨੂੰ ਬ੍ਰਾਊਨਫੀਲਡ ਮਤਲਬ ਪ੍ਰੋਜੈਕਟ ਕਿਹਾ ਜਾਂਦਾ। ਤੇ ਤੀਸਰਾ ਆ ਗਿਆ ਜੀ ਸਟਾਲਡ ਪ੍ਰੋਜੈਕਟ, ਇਹਨੂੰ ਸਮਝੋ ਧਿਆਨ ਨਾਲ। ਦੇਖੋ, ਸਟਾਲਡ ਪ੍ਰੋਜੈਕਟ ਉਹ ਹੁੰਦਾ ਜਿਹੜਾ ਐਕਟਿਵ ਤਾਂ ਹੁੰਦਾ, ਬਟ ਉਹਦੇ ਉੱਪਰ ਕੋਈ ਅੱਗੇ ਪ੍ਰੋਗਰੈਸ ਨਹੀਂ ਚੱਲ ਰਹੀ ਹੁੰਦੀ, ਠੀਕ ਹੈ। ਇਹਦੀ ਜੇ ਮੈਂ ਤੁਹਾਨੂੰ ਬੈਸਟ ਐਗਜ਼ਾਮਪਲ ਦੇਵਾਂ, ਤਾਂ ਤੁਸੀਂ ਜੇ ਲੁਧਿਆਣੇ ਤੋਂ ਫਲੋਰਬਾਲ ਨੂੰ ਜਾਂਦੇ ਹੋ, ਤਾਂ ਉੱਥੇ ਨਾ ਇੱਕ ਫਲਾਈਓਵਰ ਜਿਹਾ ਬਣ ਰਿਹਾ, ਉਹ 2011 ਤੋਂ ਲੈ ਕੇ 2019 ਤੱਕ, 2019 ਹੋ ਗਿਆ ਹੁਣ ਤੱਕ, ਉਹ ਪ੍ਰੋਜੈਕਟ ਲਟਕੇ ਹੋਏ ਆ, ਹਾਲੇ ਤੱਕ ਉਹ ਫਲਾਈਓਵਰ ਪੂਰਾ ਬਣਿਆ ਹੀ ਨਹੀਂ। ਮਤਲਬ ਉਹ ਪ੍ਰੋਜੈਕਟ ਨੂੰ ਸਟਾਰਟ ਤਾਂ ਕਰ ਦਿੰਦੇ ਨੇ, ਬਟ ਕਿਸੇ ਕਾਰਨ ਕਰਕੇ ਉਹ ਪ੍ਰੋਜੈਕਟ ਐਕਟਿਵ ਨਹੀਂ ਹੁੰਦਾ, ਉਹਦੇ ਉੱਪਰ ਕੰਮ ਜਾਂ ਕੋਈ ਵੀ ਐਕਸ਼ਨ ਨਹੀਂ ਹੁੰਦਾ, ਉਹਨੂੰ ਸਟਾਲਡ ਪ੍ਰੋਜੈਕਟ ਕਹਿੰਦੇ ਨੇ, ਠੀਕ ਹੈ। ਤੇ ਇਹ ਜਿਹੜਾ NIF ਹੈਗਾ, ਨੈਸ਼ਨਲ ਇਨਵੈਸਟਮੈਂਟ ਇਨਫਰਾਸਟ੍ਰਕਚਰ ਫੰਡ, ਇਹਦੇ ਵਿੱਚ ਜਿਹੜੀ ਸਰਕਾਰ ਦੀ ਕੰਟਰੀਬਿਊਸ਼ਨ ਹੈ, ਮਤਲਬ ਜਿਹੜੀ ਆਪਣੀ ਇੰਡੀਆ ਦੀ ਸਰਕਾਰ ਹੈ, ਉਹਦੀ 49% ਸਟੇਕ ਨੇਗੇ ਇਸ ਪ੍ਰੋਜੈਕਟ ਦੇ ਵਿੱਚ। ਕਿਉਂ? ਕਿਉਂਕਿ ਜਿਹੜੀ ਸਰਕਾਰ ਹੈ, ਦੇਖੋ ਆਪਣੇ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਦੀ ਕਿੰਨੀ ਜ਼ਿਆਦਾ ਲੋੜ ਹੈ, ਉਹ ਦੇਖੋ ਆਪਣੀ ਜਿਹੜਾ, ਜੇ ਆਪਾਂ ਇਨਫਰਾਸਟ੍ਰਕਚਰ ਪ੍ਰੋਪਰ ਡਿਵੈਲਪ ਕਰਾਂਗੇ, ਤਾਂ ਜਿਹੜੀ ਆਪਣੀ ਇਕਨੋਮੀ ਹੈ ਉਹਦੇ ਵਿੱਚ ਵੀ ਇਜ਼ਾਫਾ ਹੋਊਗਾ ਨਾ। ਤੇ ਹੁਣ ਸਰਕਾਰ ਇਹ ਚਾਹੁੰਦੇ ਵੀ, ਦੇਖੋ ਸਰਕਾਰ ਹੈਗੀ ਜਿਹੜੀ, ਉਹ ਹਰੇਕ ਥਾਂ ਪੈਸਾ ਨਹੀਂ ਇਨਵੈਸਟ ਕਰ ਸਕਦੀ। ਸਰਕਾਰ ਖੁਦ ਚਾਹੁੰਦੇ ਵੀ ਜਿਹੜੇ ਪ੍ਰਾਈਵੇਟ ਪਲੇਅਰ ਨੇਗੇ, ਉਹ ਇਸ ਜਿਹੜਾ ਇਨਫਰਾਸਟ੍ਰਕਚਰ ਫੀਲਡ ਹੈਗਾ, ਇਹਦੇ ਵਿੱਚ ਆਉਣ ਤੇ ਆ ਕੇ ਇਨਵੈਸਟ ਕਰਨ। ਸੋ ਸਰਕਾਰ ਨੇ ਆਪਣਾ ਜਿਹੜਾ ਸਟੇਕ ਹੈਗਾ, ਉਹ ਇਹਦੇ ਵਿੱਚ 49% ਰੱਖਿਆ ਸੀਗਾ, ਤੇ ਜਿਹੜਾ ਬਾਕੀ ਦਾ 51% ਸ਼ੇਅਰ ਹੈ, ਉਹਦੇ ਵਿੱਚ ਜਿਹੜੇ ਵੱਖ ਵੱਖ ਮਤਲਬ ਜਿਹੜੇ ਥਰਡ ਪਾਰਟੀ ਇਨਵੈਸਟਰ ਹੋ ਗਏ, ਠੀਕ ਹੈ, ਜਿਵੇਂ ਕਿ ਸੋਵਰਨ ਵੈਲਥ ਫੰਡ ਹੋ ਗਏ, ਇੰਸ਼ੋਰੈਂਸ ਕੰਪਨੀਜ਼ ਹੋ ਗਏ, ਤੇ ਹੋਰ ਕਈ ਮਤਲਬ ਕੰਪਨੀਜ਼ ਹੋ ਗਏ, ਪ੍ਰਾਈਵੇਟ ਇਨਵੈਸਟਰਸ ਹੋ ਗਏ, ਠੀਕ ਹੈ, ਉਹ ਸਾਰੇ ਇਹ ਮਿਲ ਕੇ ਜਿਹੜਾ ਇਹ ਫੰਡ ਹੈਗਾ ਇਹਦੇ ਵਿੱਚ ਕੰਟਰੀਬਿਊਟ ਕਰਦੇ ਨੇ। ਹੁਣ ਜਿਹੜਾ ਇਹ ਫੰਡ ਹੈਗਾ ਨੈਸ਼ਨਲ ਇਨਵੈਸਟਮੈਂਟ ਇਨਫਰਾਸਟ੍ਰਕਚਰ ਫੰਡ, ਇਹਦੀ ਜ਼ਰੂਰਤ ਕੀ ਹੈ? ਤਾਂ ਦੇਖੋ, ਇਨਫਰਾਸਟ੍ਰਕਚਰ ਦੀ ਆਪਣੇ ਇੰਡੀਆ ਨੂੰ ਕਾਫੀ ਜ਼ਿਆਦਾ ਜ਼ਰੂਰਤ ਹੈ। ਕਿਉਂ? ਜੇ ਇਨਫਰਾਸਟ੍ਰਕਚਰ ਡਿਵੈਲਪ ਹੋਊਗਾ, ਤਾਂ ਜਿਹੜੀ ਆਪਣੀ ਇਕਨੋਮੀ ਹੈ ਉਹ ਗਰੋ ਹੋਊਗੀ, ਠੀਕ ਹੈ, ਇੰਪਲੋਇਮੈਂਟ ਜਨਰੇਸ਼ਨ ਹੋਊਗਾ। ਜੇ ਇਕਨੋਮੀ ਗਰੋ ਹੋਊਗੀ, ਠੀਕ ਹੈ, ਸੋ ਆਪਣੇ ਲਈ ਇਨਫਰਾਸਟ੍ਰਕਚਰ ਦਾ ਗਰੋ ਹੋਣਾ ਬਹੁਤ ਹੀ ਜ਼ਰੂਰੀ ਹੈ। ਤੇ ਜਿਹੜਾ ਇਹ ਫੰਡ ਹੈਗਾ, ਆਪਣੇ ਇਨਫਰਾਸਟ੍ਰਕਚਰ ਆਪਣੀ ਇਕਨੋਮੀ ਦੇ ਗਰੋ ਕਰਨ ਦੇ ਲਈ ਕਾਫੀ ਜ਼ਿਆਦਾ ਇਹ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ। ਉਸ ਤੋਂ ਇਲਾਵਾ ਰੋਡਸ ਹੋ ਗਏ, ਰੇਲਵੇਜ਼ ਪ੍ਰੋਜੈਕਟ, ਏਅਰਪੋਰਟ ਦੇ ਕਈ ਪ੍ਰੋਜੈਕਟ ਹੋ ਗਏ, ਉਹਨਾਂ ਸਾਰਿਆਂ ਨੂੰ ਛੇਤੀ ਤੋਂ ਛੇਤੀ ਮਤਲਬ ਪੂਰਾ ਕਰਿਆ ਜਾ ਸਰ, ਜੇ ਮਤਲਬ ਜਿਹੜੇ ਪ੍ਰਾਈਵੇਟ ਪਲੇਅਰ ਨੇਗੇ ਉਹ ਇਸ ਫੰਡ ਦੇ ਵਿੱਚ ਆ ਕੇ ਇਨਵੈਸਟ ਕਰਨ, ਠੀਕ ਹੈ। ਹੁਣ ਜਿਹੜਾ ਇਹ ਫੰਡ ਹੈਗਾ ਨੈਸ਼ਨਲ ਇਨਵੈਸਟਮੈਂਟ ਤੇ ਇਨਫਰਾਸਟ੍ਰਕਚਰ ਫੰਡ, ਇਹ 3 ਤਰ੍ਹਾਂ ਦੇ ਫੰਡ ਨੂੰ ਮੈਨੇਜ ਕਰਦਾ, ਠੀਕ ਹੈ। 3 ਤਰ੍ਹਾਂ ਦੇ ਫੰਡ ਇਹਦੇ ਅੰਦਰ ਰਜਿਸਟਰ ਨੇਗੇ, ਠੀਕ ਹੈ, ਉਹਨਾਂ ਨੂੰ ਆਪਾਂ ਅਲਟਰਨੇਟ ਇਨਵੈਸਟਮੈਂਟ ਫੰਡ ਕਹਿੰਦੇ ਆ। ਤੇ ਜਿਹੜੇ ਇਹ ਅਲਟਰਨੇਟ ਇਨਵੈਸਟਮੈਂਟ ਫੰਡ ਹੁੰਦੇ ਨੇ, ਇਹ ਜਿਹੜੀ ਆਪਣੀ ਬਾਡੀ ਹੈਗੀ, ਰੈਗੂਲੇਟਰੀ ਬਾਡੀ ਹੈਗੀ SEBI, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹਦੇ ਵਿੱਚ ਇਹ ਫੰਡ ਰਜਿਸਟਰ ਨੇਗੇ। ਹੁਣ ਉਹ 3 ਫੰਡ ਕਿਹੜੇ ਨੇ? ਸਭ ਤੋਂ ਪਹਿਲਾਂ ਤਾਂ ਆ ਗਏ ਜੀ ਮਾਸਟਰ ਫੰਡ। ਹੁਣ ਇਹ ਮਾਸਟਰ ਫੰਡ ਕੀ ਹੁੰਦੇ ਨੇ? ਤਾਂ ਇਹ ਹੁੰਦੇ ਨੇ ਜਿਹੜੇ ਕੋਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਹੋਗੇ, ਠੀਕ ਹੈ। ਫੋਰ ਐਗਜ਼ਾਮਪਲ, ਰੋਡਸ ਬਣਾਉਣੇ ਨੇਗੇ, ਪੋਰਟ, ਸੀ ਪੋਰਟਸ ਡਿਵੈਲਪ ਕਰਨੇ ਨੇ, ਏਅਰਪੋਰਟ ਬਣਾਉਣੇ ਨੇ, ਠੀਕ ਹੈ। ਇਹਨਾਂ ਪ੍ਰੋਜੈਕਟਸ ਦੇ ਵਿੱਚ ਜਿਹੜਾ ਪੈਸਾ ਲੱਗਦਾ ਉਹ ਮਾਸਟਰ ਫੰਡ ਦੇ ਵਿੱਚ ਆਉਂਦਾ, ਠੀਕ ਹੈ। ਦੂਸਰਾ ਆ ਗਿਆ ਜੀ ਫੰਡਸ ਆਫ ਫੰਡ, ਇਹਦੇ ਵਿੱਚ ਉਹ ਮਤਲਬ ਇਸ ਫੰਡ ਨੂੰ ਉਹ ਲੋਕ ਮੈਨੇਜ ਕਰਦੇ ਨੇ ਜਿਨ੍ਹਾਂ ਦਾ ਇਨਫਰਾਸਟ੍ਰਕਚਰ ਦੇ ਫੀਲਡ ਦੇ ਵਿੱਚ ਵਧੀਆ ਟਰੈਕ ਰਿਕਾਰਡ ਰਿਹਾ ਹੁੰਦਾ। ਤੇ ਉਸ ਤੋਂ ਇਲਾਵਾ ਕੋਈ ਹਾਊਸਿੰਗ ਦਾ ਮਤਲਬ ਮਿਡ ਇਨਕਮ ਗ੍ਰੀਨਫੀਲਡ ਇਨਫਰਾਸਟ੍ਰਕਚਰ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਮਤਲਬ ਵਧੀਆ ਉਹਨਾਂ ਦਾ ਟਰੈਕ ਰਿਕਾਰਡ ਰਿਹਾ ਹੋਵੇ, ਉਹ ਸਾਰੇ
ਜਿਹੜਾ ਮਤਲਬ ਜਿਹੜਾ ਵੀ ਕੋਈ ਇੰਫਰਾਸਟ੍ਰਕਚਰ ਦਾ ਪ੍ਰੋਜੈਕਟ ਲੌਂਗ ਟਰਮ ਆਪਣੇ ਇੰਡੀਆ ਦੇ ਲਈ ਕੋਈ ਸਟ੍ਰੈਟੇਜਿਕ ਇੰਪੋਰਟੈਂਸ ਦਾ ਹੋਵੇ ਉਹ ਫੰਡ ਨੂੰ ਇਸ ਮਤਲਬ ਇਹਦੇ ਵਿੱਚ ਰੱਖਿਆ ਜਾਂਦਾ, ਠੀਕ ਹੈ। ਸੋ ਇਹ ਤਿੰਨ ਤਰ੍ਹਾਂ ਦੇ ਫੰਡ ਨੇਗੇ NIIF। ਸੋ ਇਹ ਸੀਗਾ ਸਾਰਾ NIIF ਯਾਨੀ ਕਿ ਨੈਸ਼ਨਲ ਇਨਵੈਸਟਮੈਂਟ ਤੇ ਇਨਫਰਾਸਟ੍ਰਕਚਰ ਫੰਡ ਬਾਰੇ। ਜੇ ਤੁਹਾਨੂੰ ਵਧੀਆ ਸਮਝ ਆ ਗਿਆ ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਆਸਾਨੀ ਦੇ ਨਾਲ ਸੋਲਵ ਕਰ ਸਕਦੇ ਹੋ, ਠੀਕ ਹੈ। ਮੈਂ ਕੁਐਸਚਨ ਪੜ੍ਹ ਦੇਣਾ ਤੁਹਾਡੇ ਲਈ। ਵਿਦ ਰਿਗਾਰਡ ਟੂ ਦਾ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਫੰਡ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਇਹਨਾਂ ਦੇ ਵਿੱਚ ਆਪਾਂ ਠੀਕ ਸਟੇਟਮੈਂਟ ਦੱਸਣੀ ਹੈ ਕਿਹੜੀ ਹੈ। ਪਹਿਲੀ ਸਟੇਟਮੈਂਟ ਆ ਗਈ, ਕਹਿੰਦਾ ਦਾ ਓਬਜੈਕਟਿਵ ਆਫ NIIF ਵੁੱਡ ਬੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਆਫ ਵਾਇਏਬਲ ਪ੍ਰੋਜੈਕਟਸ ਬੋਥ ਗ੍ਰੀਨਫੀਲਡ ਐਂਡ ਬਰਾਊਨਫੀਲਡ ਐਕਸਕਲੂਡਿੰਗ ਸਟਾਲਡ ਪ੍ਰੋਜੈਕਟ, ਠੀਕ ਹੈ। ਧਿਆਨ ਨਾਲ ਸੋਲਵ ਕਰਿਓ। ਤੇ ਦੂਸਰੀ ਸਟੇਟਮੈਂਟ ਆ ਗਈ, ਗੌਰਮੈਂਟ ਐਡਿਡ 400,000 crore ਟੂ ਦਾ ਕਾਰਪਸ ਆਫ ਦਿਸ ਫੰਡ, ਠੀਕ ਹੈ। ਜੇ ਤੁਸੀਂ ਪਿੱਛੇ ਧਿਆਨ ਨਾਲ ਸੁਣਿਆ ਤਾਂ ਇਸ ਕੁਐਸਚਨ ਦਾ ਆਨਸਰ ਤੁਸੀਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ। ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰੋ। ਅਗਲੀ ਇੰਪੋਰਟੈਂਟ ਨਿਊਜ਼ ਆ ਗਈ, ਮੋਟਰ ਵਹੀਕਲ ਅਮੈਂਡਮੈਂਟ ਬਿੱਲ। ਕੈਬਨਿਟ ਨੇ ਇਸ ਬਿੱਲ ਨੂੰ ਪਾਸ ਮਤਲਬ ਅਪਰੂਵ ਕਰਤਾ, ਜਲਦੀ ਇਸ ਬਿੱਲ ਨੂੰ ਪੇਸ਼ ਕਰਿਆ ਜਾਊਗਾ। ਤੇ ਇਹਦੇ ਵਿੱਚ ਕਾਫੀ ਜ਼ਿਆਦਾ ਸਟ੍ਰਿਕਟ ਪ੍ਰੋਵੀਜ਼ਨ ਰੱਖੇ ਨੇ ਸਰਕਾਰ ਨੇ ਇਸ ਵਾਰ। ਪਹਿਲਾਂ ਵੀ ਇਹ ਜਿਹੜਾ ਬਿੱਲ ਸੀਗਾ, ਜਿਹੜਾ ਮੋਟਰ ਵਹੀਕਲ ਅਮੈਂਡਮੈਂਟ ਬਿੱਲ ਸੀਗਾ, ਇਹਨੂੰ 2016 ਦੇ ਵਿੱਚ ਸਰਕਾਰ ਨੇ ਇੰਟਰੋਡਿਊਸ ਕਰਿਆ ਸੀਗਾ ਤੇ 2017 ਦੇ ਵਿੱਚ ਇਹ ਲੋਕ ਸਭਾ ਦੇ ਵਿੱਚ ਉਹਦਾ ਪਾਸ ਹੋ ਗਿਆ ਸੀਗਾ। ਬਟ ਰਾਜ ਸਭਾ ਦੇ ਵਿੱਚ ਸਰਕਾਰ ਇਸ ਬਿੱਲ ਨੂੰ ਪਾਸ ਨਹੀਂ ਕਰਾ ਸਕੀ ਸੀਗੀ। ਸੋ ਇਹ ਬਿੱਲ ਰਾਜ ਸਭਾ ਦੇ ਵਿੱਚ ਪਾਸ ਨਹੀਂ ਹੋ ਸਕਿਆ ਤੇ ਇਹ ਬਿੱਲ ਲੈਪਸ ਹੋ ਗਿਆ। ਹੁਣ ਦੁਬਾਰਾ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਵੀ ਇਸ ਵਾਰ ਇਸ ਬਿੱਲ ਨੂੰ ਪਾਸ ਕਰਾਉਣਾ, ਠੀਕ ਹੈ। ਸੋ ਜਿਹੜਾ ਇਹ ਬਿੱਲ ਹੈਗਾ, ਪਹਿਲੀ ਗੱਲ ਇੱਕ ਆਪਣਾ ਪੁਰਾਣਾ ਇੱਕ ਐਕਟ ਬਣਿਆ ਹੋਇਆ ਮੋਟਰ ਵਹੀਕਲ ਅਮੈਂਡਮੈਂਟ ਐਕਟ 1988, ਉਹ ਐਕਟ ਨੂੰ ਇਹ ਬਿੱਲ ਅਮੈਂਡ ਕਰੂਗਾ, ਠੀਕ ਹੈ। ਤੇ ਇਹਦੇ ਵਿੱਚ ਜਿਹੜੀਆਂ ਪੈਨਲਟੀਜ਼ ਨੇ, ਠੀਕ ਹੈ, ਜਿਹੜੇ ਫਾਈਨ ਹੈਗੇ ਉਹ ਕਾਫੀ ਜ਼ਿਆਦਾ ਵਧਾਏ ਗਏ ਨੇ ਇਸ ਬਿੱਲ ਦੇ ਵਿੱਚ ਜੇ ਇਹ ਪਾਸ ਹੋ ਗਿਆ, ਠੀਕ ਹੈ। ਹੁਣ ਆਪਾਂ ਇਸ ਬਿੱਲ ਦੇ ਜਿਹੜੇ ਪ੍ਰੋਵੀਜ਼ਨ ਨੇ ਉਹਨਾਂ ਦੀ ਗੱਲ ਕਰਦੇ ਹਾਂ, ਕਾਫੀ ਇੰਪੋਰਟੈਂਟ ਨੇਗੇ, ਠੀਕ ਹੈ, ਆਪਾਂ ਪੜ੍ਹਨੇ ਨੇ ਇਹ ਪ੍ਰੋਵੀਜ਼ਨ। ਸਭ ਤੋਂ ਪਹਿਲੀ ਗੱਲ ਇਸ ਬਿੱਲ ਦੇ ਵਿੱਚ ਇਹ ਹੈ ਕਿ ਜਿਹੜੇ ਫਾਈਨ ਹੈਗੇ, ਜਿਹੜੇ ਜੁਰਮਾਨੇ ਨੇਗੇ, ਉਹ 10 ਗੁਣਾ ਤੱਕ ਵਧਾਏ ਹੋਏ ਨੇ, ਠੀਕ ਹੈ। ਫੋਰ ਐਗਜ਼ਾਮਪਲ, ਡਰਿੰਕ ਐਂਡ ਡਰਾਈਵ ਦਾ ਜੇ ਕੋਈ ਮਤਲਬ ਕੋਈ ਕੇਸ ਆਉਂਦਾ, ਠੀਕ ਹੈ, ਤਾਂ ਉਹਨੂੰ ₹10,000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ। ਉਸ ਤੋਂ ਇਲਾਵਾ ਕੋਈ ਸਪੀਡ ਲਿਮਿਟ ਤੋਂ ਜ਼ਿਆਦਾ ਗੱਡੀ ਚਲਾ ਰਿਹਾ ਤਾਂ ਉਹਨੂੰ ਮਤਲਬ ₹5,000 ਤੱਕ ਦਾ ਫਾਈਨ ਕੀਤਾ ਜਾ ਸਕਦਾ। ਉਸ ਤੋਂ ਬਾਅਦ ਅਗਲਾ ਕੋਈ ਪਰਸਨ ਹੈਗਾ, ਕੋਈ ਐਮਰਜੈਂਸੀ ਸਰਵਿਸ ਹੈ, ਫੋਰ ਐਗਜ਼ਾਮਪਲ ਕੋਈ ਐਂਬੂਲੈਂਸ ਜਾ ਰਹੀ ਹੈ, ਠੀਕ ਹੈ, ਕੋਈ ਪਰਸਨ ਉਸ ਐਂਬੂਲੈਂਸ ਨੂੰ ਸਾਈਡ ਨਹੀਂ ਦਿੰਦਾ ਤਾਂ ਉਹਦੇ ਉੱਪਰ ਵੀ ₹10,000 ਦਾ ਜੁਰਮਾਨਾ ਕਰਿਆ ਜਾ ਸਕਦਾ। ਸਭ ਤੋਂ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ, ਜਿਹੜਾ ਆਪਣਾ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਉਹਦੀ ਅੱਗੇ ਵੈਲਿਡਿਟੀ ਕੀ ਹੁੰਦੀ ਸੀਗੀ। ਅੱਗੇ ਆਪਾਂ ਫਰਜ਼ ਕਰੋ ਆਪਾਂ ਡਰਾਈਵਿੰਗ ਲਾਇਸੈਂਸ ਬਣਾਉਂਦੇ ਸੀਗੇ, ਉਹ ਡਰਾਈਵਿੰਗ ਲਾਇਸੈਂਸ 20 ਸਾਲਾਂ ਤੱਕ ਵੈਲਿਡ ਰਹਿੰਦਾ ਸੀਗਾ। ਬਟ ਹੁਣ ਇਹਨਾਂ ਨੇ ਇਸ ਬਿੱਲ ਦੇ ਵਿੱਚ ਜਿਹੜੀ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਵੈਲਿਡਿਟੀ ਸੀਗੀ ਉਹ 20 ਸਾਲ ਤੋਂ ਘਟਾ ਕੇ 10 ਸਾਲ ਕਰਤੀ। ਉਸ ਤੋਂ ਇਲਾਵਾ ਜਿਹੜਾ ਮਤਲਬ ਡਰਾਈਵਿੰਗ ਲਾਇਸੈਂਸ ਜੇ ਆਪਾਂ ਅਪਲਾਈ ਕਰਨਾ ਤਾਂ ਜਿਹੜਾ ਆਪਣਾ ਆਧਾਰ ਨੰਬਰ ਹੋਊਗਾ, ਆਧਾਰ ਕਾਰਡ ਦਾ ਨੰਬਰ ਹੋਊਗਾ, ਉਹਨੂੰ ਨਾਲ ਰਜਿਸਟਰ ਕਰਾਉਣਾ ਪਊਗਾ, ਠੀਕ ਹੈ। ਉਸ ਤੋਂ ਇਲਾਵਾ ਇੱਕ ਇੰਪੋਰਟੈਂਟ ਮਤਲਬ ਜਿਹੜਾ ਪੁਆਇੰਟ ਇਹਨਾਂ ਨੇ ਐਡ ਕਰਿਆ ਉਹ ਵਧੀਆ ਵੀ ਹੈ, ਰੀਕਾਲ ਆਫ ਡਿਫੈਕਟਿਵ ਵਹੀਕਲ। ਇਹ ਮੈਂ ਤੁਹਾਨੂੰ ਸਮਝਾਉਣਾ ਕੀ ਸਿਸਟਮ ਹੈਗਾ। ਹੁਣ ਫਰਜ਼ ਕਰੋ ਕੋਈ ਕੰਪਨੀ ਲਾ ਲਓ ਤੁਸੀਂ, ਮਰੂਤੀ ਸੁਜ਼ੂਕੀ ਲਾ ਲਓ, ਠੀਕ ਹੈ, ਮਰੂਤੀ ਕੰਪਨੀ ਸਵਿਫਟ ਗੱਡੀ ਕੱਢਦੇ, ਠੀਕ ਹੈ, ਆਪਾਂ ਸਵਿਫਟ ਦੀ ਐਗਜ਼ਾਮਪਲ ਲੈਂਦੇ ਹਾਂ। ਹੁਣ ਉਹਨਾਂ ਨੇ ਕੋਈ ਮਾਡਲ ਸਵਿਫਟ ਦੇ ਵਿੱਚ ਡਿਫੈਕਟਿਵ ਮਾਡਲ ਕੱਢਤੇ, ਠੀਕ ਹੈ, ਤੇ ਆਪਾਂ ਨੂੰ ਪਤਾ ਚੱਲ ਗਿਆ ਵੀ ਉਹ ਮਾਡਲ ਦੇ ਵਿੱਚ ਕੋਈ ਨਾ ਕੋਈ ਡਿਫੈਕਟ ਹੈਗਾ, ਠੀਕ ਹੈ। ਸੋ ਇਹ ਕਹਿੰਦੇ ਵੀ ਜੇ ਕੋਈ ਡਿਫੈਕਟਿਵ ਮਾਡਲ ਆਉਂਦਾ ਤਾਂ ਉਹਦਾ ਪੈਦਲ ਕੰਪਲੀਟ ਪੈਸਾ ਜਾਂ ਜਿਹੜੀ ਗੱਡੀ ਹੈਗੀ ਉਹ ਜਿਹੜੀ ਕੰਪਨੀ ਹੈਗੀ ਉਹ ਕੰਪਲੀਟ ਮਤਲਬ ਜਿਹੜਾ ਰੀਇੰਬਰਸ ਕਰੇ ਉਸ ਗੱਡੀ ਦਾ ਜਿਹੜਾ ਪੈਸਾ, ਜਿਹੜਾ ਮਤਲਬ ਜਿਹਦੇ ਗੱਡੀ ਖਰੀਦੀ ਹੁੰਦੀ ਹੈ ਜਾਂ ਗੱਡੀ ਉਹ ਕੰਪਨੀ ਪੂਰੀ ਵਾਪਸ ਲਵੇ ਤੇ ਉਸ ਪਰਸਨ ਦੇ ਜਿਹੜੇ ਪੈਸੇ ਲਏ ਨੇ ਗੱਡੀ ਦੇ ਨੇ ਉਹ ਉਹਨਾਂ ਨੂੰ ਵਾਪਸ ਕੀਤੇ ਜਾਣ, ਠੀਕ ਹੈ। ਜੇ ਕੰਪਨੀ ਇਦਾਂ ਦਾ ਨਹੀਂ ਕਰਦੀ, ਠੀਕ ਹੈ, ਜੇ ਮਰੂਤੀ ਕੰਪਨੀ ਇਦਾਂ ਦਾ ਨਹੀਂ ਕਰਦੀ ਤਾਂ ਉਹਨਾਂ ਦੇ ਉੱਪਰ ₹500 crore ਤੱਕ ਦਾ ਫਾਈਨ ਕੀਤਾ ਜਾ ਸਕਦਾ ਸਰਕਾਰ ਵੱਲੋਂ। ਵਧੀਆ ਇਹ ਮਤਲਬ ਪ੍ਰੋਵੀਜ਼ਨ ਸੀਗਾ ਜਿਹੜਾ ਸਰਕਾਰ ਨੇ ਇਸ ਬਿੱਲ ਦੇ ਵਿੱਚ ਐਡ ਕਰਿਆ। ਉਸ ਤੋਂ ਇਲਾਵਾ ਆ ਦੋ ਸਭ ਤੋਂ ਇੰਪੋਰਟੈਂਟ ਪੁਆਇੰਟ ਨੇਗੇ। ਸਭ ਤੋਂ ਪਹਿਲਾਂ ਕਹਿੰਦੇ ਗਾਰਡੀਅਨ ਓਨਰ ਵਿਲ ਬੀ ਡੀਮਡ ਟੂ ਬੀ ਗਿਲਟੀ ਇਨ ਕੇਸ ਆਫ ਰੋਡ ਅਫੈਂਸ ਬਾਈ ਜੁਵੀਨਾਈਲ, ਠੀਕ ਹੈ। ਜੁਵੀਨਾਈਲਸ ਕੀ ਹੁੰਦੇ ਨੇ? ਇਹ ਹੁੰਦੇ ਨੇ ਜੀ ਬੱਚੇ, ਠੀਕ ਹੈ। ਫਰਜ਼ ਕਰੋ ਕੋਈ ਬੱਚਾ ਕੋਈ ਮਤਲਬ ਸਾਧਨ ਲੈ ਕੇ ਜਾ ਰਿਹਾ, ਕੋਈ ਮਤਲਬ ਬਾਈਕ ਸਕੂਟੀ ਵਗੈਰਾ ਲੈ ਕੇ ਜਾ ਰਿਹਾ ਤੇ ਫਰਜ਼ ਕਰੋ ਉਹਦੇ ਤੋਂ ਐਕਸੀਡੈਂਟ ਹੋ ਜਾਂਦਾ, ਠੀਕ ਹੈ, ਤਾਂ ਬੱਚੇ ਨੂੰ ਸਜ਼ਾ ਨਹੀਂ ਹੋਊਗੀ, ਜਿਹੜਾ ਉਹਦਾ ਫਾਦਰ ਜਾਂ ਉਹਦਾ ਗਾਰਡੀਅਨ ਹੋਊਗਾ, ਜਿਹੜਾ ਓਨਰ ਹੋਊਗਾ ਉਸ ਵਹੀਕਲ ਦਾ ਉਹਨੂੰ ਸਜ਼ਾ ਹੋਊਗੀ, ਠੀਕ ਹੈ। ਸੋ ਜੇ ਆਪਦੇ ਬੁਲਟ ਵਗੈਰਾ ਤੁਸੀਂ ਬਗਾਰਾਂ ਤੇ ਦਿੰਦੇ ਹੋ ਤਾਂ ਧਿਆਨ ਨਾਲ ਦਿਆ ਕਰੋ, ਠੀਕ ਹੈ। ਤੇ ਅਗਲੀ ਮਤਲਬ ਇੱਕ ਇੰਪੋਰਟੈਂਟ ਪ੍ਰੋਵੀਜ਼ਨ ਇਹਨਾਂ ਨੇ ਹੋਰ ਐਡ ਕਰਿਆ, ਉਹ ਕਹਿੰਦੇ ਗੁੱਡ ਸਮੈਰੀਟਨਸ ਹੋ ਗਏ ਜਿਹੜੇ ਉਹਨਾਂ ਦੇ ਲਈ ਵੀ ਇਹਨਾਂ ਨੇ ਗਾਈਡਲਾਈਨਸ ਮਤਲਬ ਇਨਕੋਰਪੋਰੇਟ ਕਰੀਆਂ ਨੇ ਇਸ ਬਿੱਲ ਦੇ ਵਿੱਚ। ਹੁਣ ਆਪਾਂ ਨੂੰ ਸਮਝਣਾ ਪਊਗਾ ਵੀ ਗੁੱਡ ਸਮੈਰੀਟਨਸ ਕੀ ਹੁੰਦੇ ਨੇ। ਦੇਖੋ ਫਰਜ਼ ਕਰੋ ਕੋਈ ਐਕਸੀਡੈਂਟ ਹੋ ਜਾਂਦਾ, ਹੁਣ ਐਕਸੀਡੈਂਟ ਹੋ ਗਿਆ ਤੇ ਫਰਜ਼ ਕਰੋ ਆਪਾਂ ਰਸਤੇ ਦੇ ਵਿੱਚ ਜਾ ਰਹੇ ਹਾਂ, ਆਪਾਂ ਨੂੰ ਵੈਸੇ ਇਨਸਾਨੀਅਤ ਦੇ ਤੌਰ ਤੇ ਉਸ ਪਰਸਨ ਦੀ ਮਦਦ ਕਰਨੀ ਚਾਹੀਦੀ ਹੈ, ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਉਣਾ ਚਾਹੀਦਾ। ਬਟ ਅੱਗੇ ਲੋਕ ਕੀ ਕਰਦੇ ਸੀਗੇ, ਅੱਗੇ ਲੋਕ ਡਰਦੇ ਸੀਗੇ ਵੀ ਜੇ ਅਸੀਂ ਇਹਨੂੰ ਬਚਾ ਲਿਆ ਉੱਪਰੋਂ ਜੋ ਮਤਲਬ ਜੋ ਬੰਦਾ ਮਰ ਗਿਆ
ਤਾਂ ਸਾਡੇ ਮਤਲਬ ਸਿਰ ਗੱਲ ਪੈ ਸਕਦੀ ਹੈ, ਅਸੀਂ ਕਿਉਂ ਮਤਲਬ ਕਾਰਵਾਈ ਦੇ ਵਿੱਚ ਪਈਏ। ਸੋ ਲੋਕ ਅੱਗੇ ਉਸ ਪਰਸਨ ਨੂੰ ਬਚਾਉਂਦੇ ਨਹੀਂ ਸੀਗੇ। ਤੇ ਅੱਜ ਕੱਲ੍ਹ ਕੀ ਟ੍ਰੈਂਡ ਚੱਲ ਪਿਆ, ਅੱਜ ਕੱਲ੍ਹ ਬਚਾਉਣਾ ਦਾ ਕੀ, ਅੱਜ ਕੱਲ੍ਹ ਲੋਕ ਸੈਲਫੀਆਂ ਲੈਣ ਲੱਗ ਜਾਂਦੇ ਨੇ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਠੀਕ ਹੈ। ਸੋ ਇਹ ਪ੍ਰੋਵੀਜ਼ਨ ਇਹਨਾਂ ਨੇ ਐਡ ਕਰਿਆ ਵੀ ਜੇ ਤੁਸੀਂ ਕਿਸੇ ਪਰਸਨ ਦਾ ਜਿਹਦਾ ਐਕਸੀਡੈਂਟ ਹੋਇਆ ਉਹਨੂੰ ਤੁਸੀਂ ਹੋਸਪਿਟਲ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਲਈ ਮਤਲਬ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਊਗੀ, ਠੀਕ ਹੈ। ਸੋ ਇਹ ਚੀਜ਼ ਇਹਨਾਂ ਨੇ ਵਧੀਆ ਐਡ ਕਰੀ ਹੈ। ਇੱਕ ਕੁਐਸਚਨ ਪੁੱਛਦਾ ਮੈਂ ਤੁਹਾਡੇ ਤੋਂ, ਡਿਫਿਕਲਟ ਕੁਐਸਚਨ ਹੈਗਾ, ਕਿਹੜੀ ਇੰਡੀਆ ਦੀ ਪਹਿਲੀ ਸਟੇਟ ਹੈਗੀ ਜਿਨ੍ਹਾਂ ਨੇ ਇਹ ਗੁੱਡ ਸਮੈਰੀਟਨ ਬਿੱਲ ਪਾਸ ਕਰਿਆ ਸੀਗਾ। ਪਿਛਲੇ ਸਾਲ ਦੀ ਨਿਊਜ਼ ਹੈ, ਨਿਊਜ਼ ਵੀ ਕਾਫੀ ਪੁਰਾਣੀ ਹੈ, ਠੀਕ ਹੈ, ਧਿਆਨ ਨਾਲ ਇਹਦਾ ਆਨਸਰ ਕਰਿਓ, ਠੀਕ ਹੈ। ਉਸ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਜਿਹੜਾ ਇਹ ਬਿੱਲ ਹੈ ਇਹਦੇ ਸ਼ਾਰਟ ਕਮਿੰਗ ਦੀ, ਠੀਕ ਹੈ, ਇਹਦੇ ਵਿੱਚ ਕੀ ਲੂਪ ਹੋਲ ਨੇ। ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਇਹ ਬਿੱਲ ਹੈਗਾ ਇਹਨੂੰ ਇਨਫੋਰਸ ਕਰਨ ਦੀ, ਸਰਕਾਰ ਇਹਨੂੰ ਇਨਫੋਰਸ ਕਿਵੇਂ ਕਰੂਗੀ, ਇਹਦੀ ਕੋਈ ਵੀ ਗੱਲ ਨਹੀਂ ਲਿਖੀ ਹੋਈ ਬਿੱਲ ਦੇ ਵਿੱਚ। ਉਸ ਤੋਂ ਇਲਾਵਾ ਗੱਲ ਕਰਦੇ ਹਾਂ, ਹੁਣ ਦੇਖੋ ਸਰਕਾਰ ਨੇ ਜੁਰਮਾਨੇ ਤਾਂ ਵਧਾ ਤੇ ਇਸ ਬਿੱਲ ਦੇ ਵਿੱਚ, ਤਾਂ ਹੁਣ ਕੀ ਕਰਪਸ਼ਨ ਵਧੂਗੀ ਨਹੀਂ। ਅੱਗੇ ਜਿਹੜਾ ਮਤਲਬ ਟ੍ਰੈਫਿਕ ਜਿਹੜਾ ਪੁਲਿਸ ਵਾਲਾ ਹੁੰਦਾ ਸੀਗਾ, ਅੱਗੇ ਫਰਜ਼ ਕਰੋ 200-300 ਦਾ ਫਾਈਨ ਹੁੰਦਾ ਸੀਗਾ, ਅਗਲਾ 150 ਰੁਪਏ ਦੇ ਕੇ ਉਦੋਂ ਮਤਲਬ ਛੁੱਟ ਜਾਂਦਾ ਸੀਗਾ। ਹੁਣ ਜੇ ਜੁਰਮਾਨਾ ਵਧਾਤਾ ਸਰਕਾਰ ਨੇ 10,000 ਰੁਪਏ ਕਰਤਾ, ਤਾਂ ਜਿਹੜੇ ਮਤਲਬ ਟ੍ਰੈਫਿਕ ਦੇ ਮੁਲਾਜ਼ਮ ਨੇਗੇ, ਜਿਹੜੇ ਕਰਪਸ਼ਨ ਮਤਲਬ ਕਰਪਟ ਨੇਗੇ, ਲੈਂਦੇ ਨੇ ਪੈਸਾ, ਉਹ ਹੁਣ ਪੈਸਾ ਵੀ ਵੱਧ ਲੈਣਗੇ, ਠੀਕ ਹੈ, ਇਹਦੇ ਨਾਲ ਕਰਪਸ਼ਨ ਵੀ ਵੱਧ ਹੋਊਗੀ ਨਾ। ਸੋ ਇਹ ਇਹਦੇ ਬਿੱਲ ਦੇ ਜਿਹੜੇ ਸ਼ਾਰਟ ਕਮਿੰਗ ਨੇਗੇ। ਹੁਣ ਇਹ ਜਿਹੜਾ ਬਿੱਲ ਹੈਗਾ ਇਹਨੂੰ ਪਾਸ ਕਰਾਉਣ ਦੀ ਕੀ ਲੋੜ ਹੈਗੀ ਸਰਕਾਰ ਦੀ, ਇਹ ਇੰਪੋਰਟੈਂਟ ਪ੍ਰੋਵੀਜ਼ਨ ਹੈਗੇ, ਇਹ ਆਪਾਂ ਆਪਣੇ ਜਿਹੜੇ ਮੇਨ ਦੇ ਆਨਸਰ ਰਾਈਟਿੰਗ ਆ ਉਹਦੇ ਵਿੱਚ ਲਿਖ ਸਕਦੇ ਹਾਂ। ਸਭ ਤੋਂ ਪਹਿਲੀ ਇੰਡੀਆ ਜਿਹੜੀ ਆਪਣੀ ਕੰਟਰੀ, ਉਹ ਇੱਕ ਡੈਕਲਰੇਸ਼ਨ ਸਾਈਨ ਹੋਈ ਸੀਗੀ, ਬ੍ਰਾਜ਼ੀਲੀਆ ਡੈਕਲਰੇਸ਼ਨ ਔਨ ਰੋਡ ਸੇਫਟੀ, ਰੋਡ ਸੇਫਟੀ ਦੇ ਉੱਪਰ ਇਹ ਡੈਕਲਰੇਸ਼ਨ ਸਾਈਨ ਹੋਈ ਸੀਗੀ, ਇਹਦਾ ਇੰਡੀਆ ਨੇ ਸਾਈਨ ਕਰੀ ਸੀ। ਇਹਦੇ ਵਿੱਚ ਇੰਡੀਆ ਨੇ ਆਪਣੇ ਇੱਕ ਟਾਰਗੇਟ ਸੈੱਟ ਕਰੇ ਸੀਗੇ ਵੀ ਅਸੀਂ ਜਿਹੜੇ ਰੋਡ ਐਕਸੀਡੈਂਟਸ ਨੇਗੇ ਜਿਹਦੇ ਵਿੱਚ ਲੋਕਾਂ ਦੀ ਜਾਨਾਂ ਚਲੀ ਜਾਂਦੀਆਂ, ਠੀਕ ਹੈ, ਤੇ ਸੀਰੀਅਸ ਇੰਜਰੀਜ਼ ਹੁੰਦੇ ਨੇ, ਉਹਨੂੰ 50% ਤੱਕ ਘਟਾਉਣਾ ਹੈ 2030 ਤੱਕ, ਠੀਕ ਹੈ। ਉਸ ਤੋਂ ਇਲਾਵਾ ਇੰਪੋਰਟੈਂਟ ਗੱਲ ਇਹ ਹੈ ਵੀ ਜਿਹੜੇ ਰੋਡ ਐਕਸੀਡੈਂਟ ਨੇਗੇ ਉਹ ਆਪਣੇ ਇੰਡੀਆ ਦੀ ਮਤਲਬ ਜਿਹੜੀ GDP ਹੈਗੀ ਉਹਨੂੰ 3% ਦਾ ਨੁਕਸਾਨ ਪਹੁੰਚਾਉਂਦੇ ਨੇ, ਠੀਕ ਹੈ। ਦੇਖੋ ਦੇਖੋ ਆਪਾਂ ਜਿਹੜੇ ਲੋਕ ਆਗੇ, ਠੀਕ ਹੈ, ਜੇ ਰੋਡ ਐਕਸੀਡੈਂਟ 'ਚ ਆਪਣੀ ਜਿਹੜਾ ਯੂਥ ਹੈ ਉਹਦੀ ਡੈਥ ਹੁੰਦੀ ਹੈ, ਠੀਕ ਹੈ, ਤਾਂ ਆਪਣੀ GDP ਦੇ ਉੱਪਰ ਵੀ ਕਾਫੀ ਜ਼ਿਆਦਾ ਪ੍ਰਭਾਵ ਮਤਲਬ ਪ੍ਰਭਾਵ ਪੈਂਦਾ, ਠੀਕ ਹੈ। ਸੋ 3% ਤੱਕ ਦਾ ਨੁਕਸਾਨ ਹੁੰਦਾ ਆਪਣੀ GDP ਨੂੰ ਰੋਡ ਐਕਸੀਡੈਂਟ ਦੇ ਥਰੂ, ਠੀਕ ਹੈ। ਜੇ ਆਪਾਂ ਇਸ ਚੀਜ਼ ਨੂੰ ਇੰਪਰੂਵ ਕਰ ਲਿਆ, ਤਾਂ ਜੇ ਆਪਣੀ ਫਰਜ਼ ਕਰੋ ਅੱਧਾ ਜਾਂ 1% ਵੀ GDP 'ਚ ਇਜ਼ਾਫਾ ਹੋ ਗਿਆ, ਤਾਂ ਆਪਣਾ ਜਿਹੜਾ ਟਾਰਗੇਟ ਸੈੱਟ ਕਰਿਆ ਹੋਇਆ ਸਰਕਾਰ ਨੇ ਮਤਲਬ 5 ਟ੍ਰਿਲੀਅਨ ਇਕਨੋਮੀ ਦਾ 2000 ਮਤਲਬ ਜਿੰਨਾ ਵੀ ਸੈੱਟ ਕਰਿਆ 23 ਤੱਕ, ਤੇ ਉਹ ਟਾਰਗੇਟ ਅਚੀਵ ਹੋਊਗਾ, ਠੀਕ ਹੈ। ਸੋ ਇਹ ਸੀਗਾ ਸਾਰਾ ਇਸ ਬਿੱਲ ਬਾਰੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਿੱਲ ਸੀਗਾ। ਅਗਲੀ ਨਿਊਜ਼ ਆ ਗਈ ਸਾਇੰਸ ਐਂਡ ਟੈਕ ਦੇ ਲਿਹਾਜ਼ ਨਾਲ, ਨਾਸਾ ਦਾ ਇੱਕ ਮਿਸ਼ਨ ਹੈਗਾ ਡਰੈਗਨ ਫਲਾਈ, ਇਹਨੂੰ ਨਾਸਾ ਲਾਂਚ ਕਰੂਗੀ, ਠੀਕ ਹੈ। ਇਹ ਇੱਕ ਅਨਮੈਂਡ, ਪਹਿਲੀ ਗੱਲ ਇਹ ਡਰੋਨ ਹੈਗਾ, ਠੀਕ ਹੈ, ਨਿਊਕਲੀਅਰ ਪਾਵਰ ਡਰੋਨ ਹੈ, ਇਹ ਵੀ ਇੰਪੋਰਟੈਂਟ ਗੱਲ ਹੈਗੀ, ਠੀਕ ਹੈ। ਇਹਨੂੰ 2026 ਦੇ ਅਰਾਊਂਡ ਨਾਸਾ ਲਾਂਚ ਕਰੂਗੀ, ਕਾਹਦੇ ਤੇ, ਜਿਹੜਾ ਇੱਕ ਸੈਟਰਨ ਆਪਣਾ ਸੋਲਰ ਸਿਸਟਮ ਦਾ ਇੱਕ ਗ੍ਰਹਿ ਹੈਗਾ ਸੈਟਰਨ, ਉਹਦੇ ਇੱਕ ਮੂਨ ਹੈਗਾ ਟਾਈਟਨ, ਉਹਦੇ ਮੂਨ ਦੇ ਉੱਪਰ ਇਸ ਨੂੰ ਭੇਜਣਗੇ ਨਾਸਾ, ਠੀਕ ਹੈ। ਹੁਣ ਆਪਾਂ ਇਸ ਮਿਸ਼ਨ ਦੇ ਆਪਾਂ ਕੀ ਫੈਕਟਸ ਬਾਰੇ ਪੜ੍ਹੀਏ, ਤਾਂ ਸਭ ਤੋਂ ਪਹਿਲਾਂ ਇਹਦਾ ਏਮ ਕੀ ਹੈ, ਜਿਹੜੀ ਸੈਟਰਨ ਦਾ ਜਿਹੜਾ ਮੂਨ ਹੈਗਾ ਟਾਈਟਨ, ਉਹਦੇ ਉੱਪਰ ਜਿਹੜੀ ਏਲੀਅਨ ਲਾਈਫ ਹੈਗੀ ਮਤਲਬ ਮਾਈਕਰੋਬੀਅਲ ਏਲੀਅਨ ਲਾਈਫ, ਉਹਨੂੰ ਇਹ ਜਾ ਕੇ ਉਹ ਸਰਚ ਕਰੂਗਾ। ਤੇ ਇਹ ਇੱਕ ਨਾ ਨਾਸਾ ਦਾ ਪਹਿਲਾਂ ਮਿਸ਼ਨ ਕਿਹਾ ਹੋਇਆ ਸੀਗਾ ਕੈਸਿਨੀ ਹਾਈਜਨ, ਤੁਸੀਂ ਨਾਮ ਜੇ ਸੁਣਿਆ ਹੋਊਗਾ ਉਹਦਾ, ਉਹ ਜਿਹੜਾ ਨਾਸਾ ਨੇ ਮਿਸ਼ਨ ਭੇਜਿਆ ਸੀਗਾ ਉਹ ਸੈਟਰਨ ਗ੍ਰਹਿ ਦੇ, ਸੈਸ਼ਨੀ ਗ੍ਰਹਿ ਦੇ ਉੱਪਰ ਭੇਜਿਆ ਸੀਗਾ, ਠੀਕ ਹੈ। ਇਹ ਜਿਹੜਾ ਮਿਸ਼ਨ ਹੈਗਾ ਡਰੈਗਨ ਫਲਾਈ, ਇਹ ਉਹ ਸੈਟ ਜਿਹੜਾ ਕੈਸਿਨੀ ਮਿਸ਼ਨ ਸੀਗਾ ਉਹਨੂੰ ਇਹ ਅੱਗੇ ਜਾ ਕੇ ਸਕਸੀਡ ਕਰੂਗਾ, ਠੀਕ ਹੈ। ਨਾਸਾ ਦਾ ਇੱਕ ਪ੍ਰੋਗਰਾਮ ਚੱਲਦਾ ਸੀਗਾ ਨਿਊ ਫਰੰਟੀਅਰਸ ਪ੍ਰੋਗਰਾਮ, ਉਹ ਜਿਹੜਾ ਨਿਊ ਫਰੰਟੀਅਰਸ ਪ੍ਰੋਗਰਾਮ ਸੀਗਾ ਉਹਦੇ ਵਿੱਚ ਨਾਸਾ ਨੇ ਕਾਫੀ ਜ਼ਿਆਦਾ ਮਤਲਬ ਸਪੇਸ ਪ੍ਰੋਬਸ ਭੇਜੇ ਸੀਗੇ। ਫੋਰ ਐਗਜ਼ਾਮਪਲ ਇੱਕ ਨਿਊ ਹੋਰੀਜ਼ਨ ਮਤਲਬ ਸਪੇਸ ਪ੍ਰੋਬ ਭੇਜਿਆ ਸੀਗਾ, ਇਹ ਜਿਹੜਾ ਭੇਜਿਆ ਸੀ ਇਹਨਾਂ ਨੇ ਜੁਪੀਟਰ ਦੇ ਸਟੱਡੀ ਕਰਨ ਦੇ ਲਈ, ਤੇ ਉਸ ਤੋਂ ਇਲਾਵਾ ਪਲੂਟੋ ਤੱਕ ਵੀ ਸਟੱਡੀ ਕਰੀ ਹੈ ਨਿਊ ਹੋਰੀਜ਼ਨ ਨੇ। ਉਸ ਤੋਂ ਇਲਾਵਾ ਓਰਿਸਿਕਸ ਰੈਕਸ ਜਿਹੜਾ ਇਹ ਮਤਲਬ ਮਿਸ਼ਨ ਹੈਗਾ ਇਹ ਕਾਫੀ ਜ਼ਿਆਦਾ ਨਿਊਜ਼ 'ਚ ਹੈ, ਇਹ ਇਹਨਾਂ ਨੇ ਇੱਕ ਐਸਟਰੋਇਡ ਹੈਗਾ ਬੇਨੂ ਉਹਦੇ ਉੱਪਰ ਭੇਜਿਆ ਸੀਗਾ। ਸੋ ਜਿਹੜਾ ਇਹ ਡਰੈਗਨ ਫਲਾਈ ਹੋਊਗਾ ਪ੍ਰੋਜੈਕਟ ਡਰੈਗਨ ਫਲਾਈ, ਇਹ ਵੀ ਨਿਊ ਫਰੰਟੀਅਰ ਪ੍ਰੋਗਰਾਮ ਦਾ ਇੱਕ ਪਾਰਟ ਹੋਊਗਾ, ਠੀਕ ਹੈ। ਹੁਣ ਇਹਨਾਂ ਨੇ ਟਾਈਟਨ ਨੂੰ ਹੀ ਕਿਉਂ ਚੁਣਿਆ? ਦੇਖੋ ਜੇ ਆਪਾਂ ਗੱਲ ਕਰੀਏ ਜਿਹੜਾ ਟਾਈਟਨ ਗ੍ਰਹਿ ਹੈਗਾ ਆਪਣੀ, ਜਦੋਂ ਇੰਡੀਆ ਜਦੋਂ ਅੱਜ ਤੋਂ ਕਈ ਕਰੋੜਾਂ ਸਾਲ ਪਹਿਲਾਂ ਜਿਹੜੇ ਆਪਣੀ ਧਰਤੀ ਹੁੰਦੀ ਸੀਗੀ, ਜਿਹੜਾ ਅੱਜ ਦੇ ਸਮੇਂ ਟਾਈਟਨ ਗ੍ਰਹਿ ਹੈਗਾ ਉਹਦੇ ਜਿਹੜਾ ਇਨਵਾਇਰਮੈਂਟ ਹੈਗਾ ਉਹਦਾ ਜਿਹੜਾ ਵਾਤਾਵਰਨ ਹੈਗਾ ਉਹ ਆਪਣੇ ਇੰਡੀਆ ਦੇ ਜਿਹੜੇ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਆਪਣੇ ਇੰਡੀਆ ਮਤਲਬ ਆਪਣੀ ਧਰਤੀ ਹੁੰਦੀ ਸੀਗੀ ਉਹਦੇ ਨਾਲ ਮਿਲਦਾ ਜੁਲਦਾ, ਠੀਕ ਹੈ। ਉਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਗੱਲ ਹੈ ਜੇ ਆਪਾਂ ਸੋਲਰ ਸਿਸਟਮ ਦੇ ਜਿਹੜੇ ਬਾਕੀ ਪਲੈਨਟਸ ਦੇਖੀਏ, ਜੇ ਆਪਾਂ ਉਹਨਾਂ ਦਾ ਐਟਮੋਸਫੇਅਰ ਦੇਖੀਏ ਤਾਂ ਉਹਦੇ ਵਿੱਚ ਉਹਨਾਂ ਦਾ ਜਿਹੜਾ ਐਟਮੋਸਫੇਅਰ ਹੈ ਉਹਦੇ ਵਿੱਚ ਮੇਨਲੀ ਹਾਈਡਰੋਜਨ ਤੇ ਹੀਲੀਅਮ ਹੈਗੀ, ਬਟ ਟਾਈਟਨ ਇਕੱਲਾ ਇਹੋ ਜਿਹਾ ਮੂਨ ਹੈਗਾ ਸੈਟਰਨ ਦਾ ਜਿਹਦੇ ਐਟਮੋਸਫੇਅਰ ਦੇ ਵਿੱਚ ਮੇਨਲੀ ਨਾਈਟ੍ਰੋਜਨ ਤੇ ਮਿਥੇਨ ਹੈਗੀ, ਠੀਕ ਹੈ। ਤੇ ਆਪਾਂ ਨੂੰ ਇਹ ਗੱਲ ਪਤਾ ਹੈ ਜਿੱਥੇ ਆਪਾਂ ਨੂੰ ਮਿਥੇਨ ਮਿਲ ਜਾਂਦੇ ਨਾ ਤੇ ਉੱਥੇ ਮਤਲਬ ਇੰਡੀਕੇਟਰ ਹੁੰਦੇ ਨੇ, ਸਾਈਨ ਹੁੰਦੇ ਨੇ ਵੀ ਉੱਥੇ ਲਾਈਫ ਹੋ ਸਕਦੀ ਹੈ, ਜ਼ਿੰਦਗੀ ਹੋ ਸਕਦੀ ਹੈ, ਠੀਕ ਹੈ। ਸੋ ਤਾਂ ਕਰਕੇ ਇਹਨਾਂ ਨੇ ਇਹ ਮਿਸ਼ਨ ਭੇਜਿਆ, ਠੀਕ ਹੈ। ਹੁਣ ਆਪਾਂ ਟਾਈਟਨ ਬਾਰੇ ਇੱਕ ਫੈਕਟ ਪੜ੍ਹ ਲੈਣਾ। ਟਾਈਟਨ ਸੈਟਰਨ ਜਿਹੜਾ ਸ਼ਨੀ ਗ੍ਰਹਿ ਹੈਗਾ ਉਹਦਾ ਸਭ ਤੋਂ ਲਾਰਜੈਸਟ
ਅੱਗੇ ਲਾਸਟ ਨਿਊਜ਼ ਆ ਗਈ ਆਪਣੀ ਬ੍ਰਹਮੋਸ ਮਿਸਾਈਲ ਦੇ ਉੱਪਰ, ਠੀਕ ਹੈ। ਨਿਊਜ਼ ਕੀ ਹੈ, ਬ੍ਰਹਮੋਸ ਮਿਸਾਈਲ ਦੇ ਵਿੱਚ ਕੁਝ ਅਪਗ੍ਰੇਡੇਸ਼ਨ ਕਰੀਆਂ ਗਈਆਂ ਨੇ ਤੇ ਇਹਦੀ ਰੇਂਜ ਨੂੰ 500 ਕਿਲੋਮੀਟਰ ਤੱਕ ਕਰ ਦਿੱਤਾ ਗਿਆ। ਹੁਣ ਆਪਾਂ ਬ੍ਰਹਮੋਸ ਮਿਸਾਈਲ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਇਹ ਇੰਡੀਆ ਨੇ ਬਣਾਈ ਹੈ, ਬਿਲਕੁਲ ਗਲਤ, ਇਕੱਲੇ ਇੰਡੀਆ ਨੇ ਨਹੀਂ ਬਣਾਈ, ਇਹਨੂੰ ਇੰਡੀਆ ਤੇ ਰਸ਼ੀਆ ਨੇ ਮਿਲ ਕੇ ਬਣਾਇਆ, ਠੀਕ ਹੈ। ਇਹਦਾ ਨਾਮ ਹੈਗਾ ਜਿਹੜਾ ਉਹ ਦੋ ਰਿਵਰ ਦੇ ਉੱਪਰ ਰੱਖਿਆ ਗਿਆ, ਇੱਕ ਤਾਂ ਹੈਗੀ ਬ੍ਰਹਮਪੁੱਤਰਾ ਰਿਵਰ ਤੇ ਦੂਸਰੀ ਹੈਗੀ ਜੀ ਮੋਸਕੋਵਾ ਰਿਵਰ। ਇਹ ਮੋਸਕੋਵਾ ਰਿਵਰ ਇਹ ਰਸ਼ੀਆ ਦੇ ਵਿੱਚ ਵਹਿੰਦੀ ਹੈ। ਇੰਪੋਰਟੈਂਟ ਗੱਲ, ਇਹ ਇੱਕ ਮੀਡੀਅਮ ਰੇਂਜ ਸੁਪਰਸੋਨਿਕ ਕਰੂਜ਼ ਮਿਸਾਈਲ ਹੈਗੀ, ਠੀਕ ਹੈ। ਇਹ ਬਲੈਸਟਿਕ ਨਹੀਂ, ਇਹ ਕਰੂਜ਼ ਮਿਸਾਈਲ ਹੈਗੀ। ਇਹਨਾਂ ਦਾ ਡਿਫਰੈਂਸ ਮੈਂ ਤੁਹਾਨੂੰ ਅੱਗੇ ਦੱਸੂਗਾ ਥਰੂ ਵੀਡੀਓ, ਠੀਕ ਹੈ। ਇਹ ਜਿਹੜੀ ਮਿਸਾਈਲ ਹੈਗੀ ਇਹਨੂੰ ਲੈਂਡ ਬੇਸ, ਠੀਕ ਹੈ, ਧਰਤੀ ਤੋਂ, ਸਮੁੰਦਰ ਦੇ ਵਿੱਚੋਂ, ਕਿਸੇ ਸ਼ਿਪ ਦੇ ਵਿੱਚੋਂ ਜਾਂ 에ਅਰ ਕਿਸੇ ਫਾਈਟਰ ਜੈਟ ਤੋਂ ਵੀ ਲਾਂਚ ਕਰਿਆ ਜਾ ਸਕਦਾ ਇਸ ਮਿਸਾਈਲ ਨੂੰ। ਸੁਪਰਸੋਨਿਕ ਮਿਸਾਈਲ ਤੋਂ ਭਾਵ ਇਹ ਜਿਹੜੀ ਸਪੀਡ ਹੈਗੀ ਉਹ 2 to 3 ਮੈਕ ਹੈਗੇ, ਠੀਕ ਹੈ। ਹੁਣ ਮੈਕ ਨੰਬਰ ਕੀ ਹੈ ਇਹ ਮੈਂ ਤੁਹਾਨੂੰ ਪਿੱਛੇ ਕਈ ਵਾਰ ਦੱਸ ਚੁੱਕਿਆ, ਠੀਕ ਹੈ, ਇਹ ਮੈਂ ਹੁਣ ਦੁਬਾਰਾ ਨਹੀਂ ਦੱਸਣਾ ਤੁਹਾਨੂੰ, ਠੀਕ ਹੈ। ਸੋ ਇੱਕ ਸੁਪਰਸੋਨਿਕ ਕਰੂਜ਼ ਮਿਸਾਈਲ ਹੈਗੀ। ਤੇ ਹੁਣ ਦੇਖੋ ਪਹਿਲਾਂ ਕੀ ਹੁੰਦਾ ਸੀਗਾ, ਜਿਹੜੀ ਇਹ ਮਿਸਾਈਲ ਹੁੰਦੀ ਸੀਗੀ ਇਹਦੀ ਰੇਂਜ ਅਪਰੋਕਸੀਮੇਟਲੀ 290 ਕਿਲੋਮੀਟਰ ਹੁੰਦੀ ਸੀਗੀ। ਬਟ ਹੁਣ ਇੰਡੀਆ ਆਪਣਾ MTCR ਇੱਕ ਰਜੀਮ ਹੈਗਾ, ਗਰੁੱਪ ਹੈਗਾ, ਇਨਫੋਰਮਲ ਅੰਡਰਸਟੈਂਡਿੰਗ ਹੈਗੀ, ਉਹਦਾ ਨਾਮ ਹੈ ਜੀ ਮਿਸਾਈਲ ਟੈਕਨੋਲੋਜੀ ਕੰਟਰੋਲ ਰਜੀਮ। ਇਹਦਾ ਇੰਡੀਆ ਮੈਂਬਰ ਬਣ ਗਿਆ ਸੀਗਾ 2015-16 ਦੇ ਵਿੱਚ। ਸੋ ਹੁਣ ਇੰਡੀਆ ਦਾ ਮੈਂਬਰ ਬਣ ਗਿਆ, ਸੋ ਇੰਡੀਆ ਆਪਣੀ ਜਿਹੜੀ ਮਿਸਾਈਲ ਸੀਗੀ ਉਹਦੀ ਰੇਂਜ ਵਧਾ ਸਕਦਾ ਸੀਗਾ। ਸੋ ਇੰਡੀਆ ਨੇ ਇਹਦੀ ਰੇਂਜ ਹੁਣ 500 ਕਿਲੋਮੀਟਰ ਕਰਤੀ। MTCR ਬਾਰੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਚਰਚਾ ਕਰਾਂਗੇ, ਜਿਹੜਾ ਇਹ ਇਨਫੋਰਮਲ ਅੰਡਰਸਟੈਂਡਿੰਗ ਹੈਗੀ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਵੀ ਕਰੂਜ਼ ਮਿਸਾਈਲ ਤੇ ਬੈਲਿਸਟਿਕ ਮਿਸਾਈਲ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ। ਦੇਖੋ ਜਿਹੜੀ ਤੇ ਕਰੂਜ਼ ਮਿਸਾਈਲ ਹੁੰਦੀ ਹੈਗੀ ਉਹ ਤਾਂ ਸਿੱਧੀ ਜਾਂਦੀ, ਠੀਕ ਹੈ, ਉਹਦੇ ਵਿੱਚ ਕੋਈ ਵੀ ਪ੍ਰੋਜੈਕਟਾਈਲ ਮੋਸ਼ਨ ਨਹੀਂ ਹੁੰਦਾ। ਕਰੂਜ਼ ਮਿਸਾਈਲ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਬੈਲਿਸਟਿਕ ਮਿਸਾਈਲ ਦੇ ਮਤਲਬ ਮੁਕਾਬਲੇ ਕਾਫੀ ਜ਼ਿਆਦਾ ਹੁੰਦੀ ਹੈ, ਠੀਕ ਹੈ। ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਇਹ ਜਿਵੇਂ ਸਟ੍ਰੇਟ ਜਾਊਗੀ ਇਹਦੇ ਵਿੱਚ ਕੋਈ ਬੈਂਡ ਨਹੀਂ ਹੋਣਾ, ਇਹ ਸਪੀਡ ਕਾਫੀ ਜ਼ਿਆਦਾ ਹੋਊਗੀ। ਤੇ ਉਸ ਤੋਂ ਇਲਾਵਾ ਕਿਸੇ ਕੰਟਰੀ ਦਾ ਜੇ ਕੋਈ ਡਿਫੈਂਸ ਸਿਸਟਮ ਹੈਗਾ ਉਹਨੂੰ ਮਤਲਬ ਉਹਦੇ ਲਈ ਇਹਨੂੰ ਮਤਲਬ ਟਰੈਕ ਕਰਨਾ, ਠੀਕ ਹੈ, ਰੋਕਣਾ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਕਰੂਜ਼ ਮਿਸਾਈਲ ਨੂੰ। ਹੁਣ ਜੇ ਆਪਾਂ ਬੈਲਿਸਟਿਕ ਮਿਸਾਈਲ ਦੀ ਗੱਲ ਕਰੀਏ ਤਾਂ ਇਹ ਇੱਕ ਪ੍ਰੋਜੈਕਟਾਈਲ ਮੋਸ਼ਨ ਦੀ ਤਰ੍ਹਾਂ ਜਾਂਦੀ ਹੈ, ਜਿਵੇਂ ਆਪਾਂ ਬਾਲ ਸਿੱਟਦੇ ਹਾਂ, ਠੀਕ ਹੈ, ਬਾਲ ਹਮੇਸ਼ਾ ਇੱਕ ਪ੍ਰੋਜੈਕਟਾਈਲ ਮੋਸ਼ਨ ਦੇ ਥਰੂ ਮਤਲਬ ਉਹ ਵੇ ਦੇ ਨਾਲ ਜਾਂਦੀ, ਠੀਕ ਹੈ, ਐਵੇਂ ਹੀ ਬੈਲਿਸਟਿਕ ਮਿਸਾਈਲ ਜਾਂਦੀ ਹੈ ਇੱਕ ਪ੍ਰੋਜੈਕਟਾਈਲ ਮੋਸ਼ਨ ਦੇ ਥਰੂ। ਹੁਣ ਬੈਲਿਸਟਿਕ ਮਿਸਾਈਲ ਪ੍ਰੋਜੈਕਟਾਈਲ ਜਿਹੜਾ ਮੋਸ਼ਨ ਹੈ ਉਵੇਂ ਉਹਦੇ ਵੇ ਥਰੂ ਕਿਉਂ ਜਾਂਦੀ ਹੈ, ਕਿਉਂਕਿ ਦੇਖੋ ਜਿਹੜੀ ਕਰੂਜ਼ ਮਿਸਾਈਲ ਹੁੰਦੀ ਹੈ ਉਹਦੀ ਤਾਂ ਰੇਂਜ ਹੁੰਦੀ ਹੈ ਘੱਟ, ਠੀਕ ਹੈ, ਮਤਲਬ 400-500 ਇੰਨੀ ਕੁ ਰੇਂਜ ਹੁੰਦੀ ਹੈ। ਬਟ ਬੈਲਿਸਟਿਕ ਮਿਸਾਈਲ ਇਹ ਲੌਂਗ ਰੇਂਜ ਮਿਸਾਈਲ ਹੁੰਦੀਆਂ ਨੇ, 2000 ਕਿਲੋਮੀਟਰ, 3000-5000 ਕਿਲੋਮੀਟਰ, ਜਿਵੇਂ ਆਪਣੀ ਅਗਨੀ ਮਿਸਾਈਲ ਹੋ ਗਈ, ਠੀਕ ਹੈ, Agni-5 ਹੋ ਗਈ, ਉਹਦੀ 5000 ਕਿਲੋਮੀਟਰ ਤੱਕ ਰੇਂਜ ਹੈ। ਸੋ ਜਿਹੜਾ ਪ੍ਰੋਜੈਕਟਾਈਲ ਮੋਸ਼ਨ ਹੈਗਾ ਉਹ ਤਾਂ ਹੀ ਭੇਜਿਆ ਜਾਂਦਾ ਤਾਂ ਕਿ ਜਿਹੜੀ ਮਿਸਾਈਲ ਦੀ ਜਿਹੜੀ ਰੇਂਜ ਹੈਗੀ ਉਹ ਵਧਾਈ ਜਾ ਸਕੇ, ਠੀਕ ਹੈ। ਸੋ ਇਹਨਾਂ ਨੂੰ ਕਹਿੰਦੇ ਨੇ ਜੀ ਬੈਲਿਸਟਿਕ ਮਿਸਾਈਲ। ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਊਗਾ, ਠੀਕ ਹੈ। ਸੋ ਮਿਲਦੇ ਆਪਾਂ ਕੱਲ੍ਹ ਦੇ ਨਿਊਜ਼ ਦੇ ਨਾਲ, ਧੰਨਵਾਦ।